अपने वीरद्वार हिस्से कोई रिश्तेदारियां हैं जिसे साझा हैं उसे भी लोगों को बेनती करके एक गल समझाने की जरूरत है कि अज बहुत वड्डा इतरा गया कि ये लोग चाहते ने कि महंगाई को राहत मिले। ये कांग्रेस पार्टी ने जो 10 साल पिछे हिंदुस्तान से राज किया प्रधानमंत्री मनमोहन सिंह उन्होंने 10 साल अखा मेच के रखी है कि कांग्रेस के वे लीडर ने तरीके का महंगाई हुई है।
ਪਰ ਇਹਨਾਂ ਲੋਕਾਂ ਨੂੰ ਪੁੱਛੋ ਕਿ ਸਾਡੇ ਕਹਿੰਦੇ ਨੇ ਬੜੇ ਬੜੇ ਵੱਡੇ ਪੁੱਲ ਬਣਾਏ ਤੇ ਪ੍ਰਤਾਪ ਬਾਜੀ ਨੂੰ ਪੁੱਛੋ ਕਿ ਨਿੱਕੀ ਪੁਲੀ ਵੀ ਬਣਾਈ ਹੋਏ ਪੁਲਾਂ ਦੀ ਗੱਲ ਛੱਡ ਦਈਏ ਤਾਂ ਵੀ ਲੋਕਾਂ ਦੇ ਹੱਕਦਾਰ ਨੇ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਇਹ ਵੀ ਗੱਲ ਪੁੱਛੋ, ਤੁਸੀਂ ਗਰੰਟੀ ਦੇ ਸਕਦੇ ਕਿ ਤੁਹਾਡੀ ਗਵਰਨਮੈਂਟ ਚੰਗੀ ਹੋਣੀ ਹੋਵੇ, ਤੁਹਾਡਾ ਕੋਈ ਹੋਰ ਕੰਮ ਹੋਏ ਨਿੱਜੀ ਤੌਰ ਤੇ, ਮੈਂ ਬਾਬੇ ਹਰੀ ਤੁਹਾਡਾ ਸੇਵਾ ਦਾ ਦੇਖਾ, ਤੁਸੀਂ ਗਰੰਟੀ ਦੇ ਸਕਦੇ ਜੀ। ਇਹਨਾਂ ਕਾਂਗਰਸ ਨੂੰ ਪੁੱਛੋ ਕਿਹੜਾ ਬਿਜਲੈਸ ਅਸਰ ਹਲਕੇ ਵਿੱਚ ਜਿਹੜਾ ਗੇਟ ਖੋਲ ਕੇ ਰੱਖਦਾ ਲੋਕ ਉਹਦੇ ਕੋਲ ਜਾਂਦੇ ਹੋਣ ਜਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦਾ ਹੋਵੇ ਜਾਂ ਗਵਰਨਮੈਂਟ ਦੇ ਪੈਸੇ ਦਿੰਦੇ ਹੋਣ ਇੱਥੇ। ਸੋ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਇਹ ਮੇਰੀ ਆਪਣੀ ਇਲੈਕਸ਼ਨ ਹੈ, ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਇਹ ਸਾਡੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੀਆਂ ਨਹੀਂ ਹੁੰਦੀਆਂ ਨੇ। ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਤੁਹਾਡੇ ਪਿੰਡ ਦੇ ਲੋਕਾਂ ਨੂੰ, ਅਸੀਂ ਖੰਨੇ ਦੀ ਵਿਰੋਧਤਾ ਕਰ ਰਹੇ ਹਾਂ, ਇਹ ਮੇਰੀ ਵਿਰੋਧਤਾ ਹੋ ਰਹੀ ਹੈ ਕਿਉਂਕਿ ਪਾਰਲੀਮੈਂਟ ਵਿੱਚ ਵੱਡੀ ਲੀਡ ਨਹੀਂ ਮਿਲਦੀ ਤੇ ਫਿਰ ਸਾਡੀ ਵੀ ਕੰਮ ਕਰਨ ਦਾ ਜਿਹੜਾ ਅਗਲੀਆਂ ਚੋਣਾਂ ਜਿਹੜੀਆਂ ਨੇ ਉਹ ਮੁਸ਼ਕਲ ਹੁੰਦੀਆਂ ਨੇ। ਜਦੋਂ ਮੈਂ ਪਹਿਲੀ ਵਾਰੀ ਕਿਸਾਨ ਨੇ ਐਮ ਐਲ ਏ ਬਣਾਇਆ ਉਦੋਂ ਵੀ ਸਰਪੰਚ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਮਿਹਨਤ ਕੀਤੀ, ਸਾਰੇ ਸੱਤ ਸਰਪੰਚ ਸਾਹਿਬ ਸੀ, ਦੂਜੇ ਬੰਨੇ ਮੌਜੂਦਾ ਸੀ, ਉਦੋਂ 300 ਵੋਟ ਤੁਹਾਡੇ ਪਿੰਡ ਵਧੀ ਤੇ 4,500 ਵੋਟ ਦਾ ਕਰਾਇਆ। ਜਦੋਂ ਪਾਰਲੀਮੈਂਟ ਚੋਣ ਆਈ ਤੁਸੀਂ 8,300 ਵੋਟ ਨਾਲ ਖੰਨੇ ਨੂੰ ਜਿਤਾਇਆ ਤੇ ਜਦੋਂ 5 ਸਾਲਾਂ ਬਾਅਦ ਵੀਰੋ ਤੋਂ ਪਹਿਲਾਂ ਮੇਰੀ ਚੋਣ ਆਈ ਤੁਸੀਂ ਦੂਜੀ ਵਾਰ ਮੈਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਿ 22,000 ਵੋਟਾਂ ਨਾਲ ਤੁਸੀਂ ਦਿੱਤਾ ਹੈ। ਬੜੀ ਵੱਡੀ ਲੀਡ ਲਾਈ ਤੇ ਮੈਂ ਇਸ ਕਰਕੇ ਜ਼ਿਆਦਾ ਮਿਹਨਤ ਕਰ ਰਿਹਾ ਵੀ ਉਹਦੇ ਪਹਿਲਾਂ ਹੁਣ ਉਸ 22,000 ਲੀਡ ਨੂੰ ਆਪਾਂ ਬਰਕਰਾਰ ਰੱਖਣਾ, ਭਾਵੇਂ 100 ਵੋਟ ਹੀ ਵੱਧ ਜਾਏ ਤੇ ਜਦੋਂ ਹੁਣ ਲੀਡ ਹੋਈ ਦਵਾਵਾਂਗੇ ਤੇ ਫਿਰ ਆਉਂਦੇ 3 ਸਾਲਾਂ ਨੂੰ ਜਦੋਂ ਮੇਰੀ ਚੋਣ ਆਉਂਦੀ ਬਟਨ ਦਬਾ ਕੇ ਜਦੋਂ ਸਾਰਿਆਂ ਨੇ ਵੋਟਾਂ ਪਾਉਣੀਆਂ ਨੇ ਕਿਸੇ ਦੀ ਘਰ ਡਿਵੈਲਪਮੈਂਟ ਦਾ ਸਵਾਲ ਹੈ, MP ਵੀ ਉਹ ਨਹੀਂ ਆ ਸਕਦੇ ਸਾਰੇ ਪਿੰਡਾਂ ਚ, ਪਰ ਉਹਨਾਂ ਦੇ ਵਰਕਰ ਜਿਹੜੇ ਆ ਸਕਦੇ ਨੇ, ਪਰ ਉਹ ਵੀ ਤੁਹਾਡੇ ਪਿੰਡ ਤੇ ਨਹੀਂ ਆਉਣਗੇ, ਹੋਰ ਕਿਤੇ ਆਉਣਗੇ। MP ਦਾ ਕੰਮ ਆਪਣਾ ਹੁੰਦਾ, ਸਾਡਾ ਕੰਮ ਆਪਣਾ ਹੁੰਦਾ, ਪਰ ਜਿੰਨੇ ਕੰਮ ਤੁਹਾਡੇ ਪਿੰਡ ਵਿੱਚ ਮੈਂ ਕਰਾਏ ਨੇ ਉਹਦੇ ਮੁਤਾਬਕ ਵੋਟਾਂ ਪੈਣੀ ਚਾਹੀਦੀਆਂ। ਦੂਜਿਆਂ ਦੇ ਕਾਂਗਰਸੀ ਕੈਂਡੀਡੇਟ ਪ੍ਰਤਾਪ ਆ, ਸਾਡਾ ਕੈਂਡੀਡੇਟ ਖੰਨਾ ਸਾਹਿਬ ਹੈ, ਖੰਨਾ ਸਾਹਿਬ ਤੇ ਪ੍ਰਤਾਪ ਦਾ ਕੰਪੈਰੀਜ਼ਨ ਵੀ ਮੁਕਾਬਲਾ ਕਰ ਲਓ ਕਿ ਖੰਨਾ ਸਾਹਿਬ ਨੇ ਸੋਈ ਬਣਾਏ ਮਕੇਰੀਆਂ ਵਾਲੇ, ਤੁਸੀਂ ਵੀ ਜਾਂਦੇ ਹੋਵੋਗੇ, ਕਿਸਾਨ ਵੀ ਜਾਂਦੇ ਨੇ ਜਿੰਨਾ ਲੈ ਕੇ, ਤੁਸੀਂ ਵੀ ਜਾਂਦੇ ਨਰੋਡ ਉਹਦੇ ਕੋਲ ਬਣਾਇਆ, ਸ਼ਹਿਰ ਹਸਪਤਾਲ ਵਿੱਚ ਉਹਨੇ ਡਿਵੈਲਪਮੈਂਟ ਦੇ ਪੈਸੇ ਦਿੱਤੇ, ਗੁਰਦਾਸਪੁਰ ਵਿੱਚ ਵੀ ਫਰਜ਼ ਕੀਤੀ ਗੱਡੀਆਂ ਇੱਥੇ ਲੱਗ ਰਹੀਆਂ। ਪ੍ਰਤਾਪ ਬਾਜੀ ਨੂੰ ਕੋਈ ਕਾਂਗਰਸੀ ਨੂੰ ਪੁੱਛੋ ਵੀ ਉਹਨੇ 5 ਸਾਲਾਂ ਚ ਕਿਹੜੇ ਕੰਮ ਕੀਤੇ ਨੇ। ਦੂਸਰੀ ਗੱਲ ਸਾਡੀ ਹੈ ਕਿ ਕੰਸਟੀਚੁਐਂਸੀ ਮੁਤਾਬਕ ਪਹਿਲੀ ਵਾਰੀ ਹੋਇਆ ਕਿ ਇਸ ਪਿੰਡ ਵਾਲੇ ਵਿੱਚ ਸਾਰੇ ਲੋਕਾਂ ਨੂੰ ਜੋ ਸਾਡੀ ਸਰਕਾਰ ਦੀ ਪਾਲਿਸੀ ਹੈ, ਪੰਚਾਇਤ ਨੇ ਤੁਸੀਂ ਬਣਾਈ, ਪਿੱਛੇ ਵੀ ਇਹਨਾਂ ਨੂੰ ਬਣਾਇਆ, ਹੁਣ ਵੀ ਬਣਾਇਆ, ਸਾਡੇ ਰਿਸ਼ਤੇਦਾਰ ਨੇ, ਰਿਸ਼ਤੇਦਾਰ ਵਧੀਆ ਕੰਮ ਕਰਨ, ਜਿਹੜਾ ਲੀਡਰ ਹੁੰਦਾ ਉਹਦਾ ਵਿਰੋਧ ਘੱਟ ਹੁੰਦਾ, ਜੇ ਵਿਰੋਧ ਮਾੜੇ ਕੰਮ ਕਰਨ ਫਿਰ ਵਿਰੋਧ ਲੀਡਰ ਦਾ ਹੀ ਵੱਧ ਹੁੰਦਾ। ਸੋ ਜਦੋਂ ਉਹਦੇ ਬਣੇ ਨੇ ਸਾਡੇ ਪਰਿਵਾਰ ਦੇ ਸਰਪੰਚ, ਤੁਹਾਨੂੰ ਪਲਾਟ ਦਿੱਤੇ ਨੇ, ਕੋਈ ਗ੍ਰਾਂਟਾਂ ਵੀ ਆਈਆਂ ਨੇ, ਨੀਲੇ ਕਾਰਡ ਵੀ ਬਣੇ, ਪਿੱਛੇ ਸਸਤਾ ਰਾਜ ਦੇ ਰਹੇ, ਪਹਿਲਾਂ 4 ਰੁਪਏ ਦਿੰਦੇ ਸੀ ਹੁਣ 1 ਰੁਪਏ ਦੀ ਪਾਲਿਸੀ ਆ ਗਈ, ਪਰ ਪਿੱਛੇ ਜਿਹੜਾ ਕਰਜ਼ਾ ਹੀ
ਕਰਤੀ ਹੈ ਤੇ ਇਹ ਵੀ ਤਾਂ ਲੇਟ ਹੋਈ ਕਿ ਕਾਂਗਰਸੀਆਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਇਹ ਕਲਪਨੀ ਜਿਹੜੀ ਕਿ ਸੱਤਾ ਰਾਜ ਨਹੀਂ ਵੜਨਾ ਫਿਰ ਬਾਦਲ ਸਾਹਿਬ ਨੇ ਚਿੱਠੀ ਲਿਖੀ ਫਿਰ ਬੈਨ ਹਟਾਉਣਾ ਪਿਆ ਚੋਣ ਕਮਿਸ਼ਨ ਨੂੰ ਫਿਰ ਮਾਸਾ ਨੂੰ ਫੋਨ ਕੀਤਾ ਕਿ ਸਾਰੇ ਥਾਂ ਕਣਕ ਜਿਹੜੀ ਪਹੁੰਚਾਓ ਇਸ ਤਰ੍ਹਾਂ ਗਲੀਆਂ ਵੀ ਬਣਾਈਆਂ ਨੇ ਤੇ ਆਪ ਵੀ ਦੱਸਣ ਦੇ ਰਹੇ ਵੀ ਸਾਰੀਆਂ ਗਲੀਆਂ ਬਣ ਗਈਆਂ ਨੇ ਸੜਕੀ ਮਾੜੀ ਮੋਟੀ ਗੱਲ ਹੈ ਇੰਨੀ ਖਰਾਬ ਨਹੀਂ ਜਿੰਨੀ ਤੈਨੂੰ ਕਹਿ ਰਹੇ ਜੀ ਹੌਲੀ ਹੌਲੀ ਸਾਰੇ ਕੰਮ ਹੋਣਗੇ ਤੇ ਜਿਹੜੇ ਕੰਮ ਹੋਏ ਨੇ ਚਲੋ ਇਹਨੇ ਚੰਗਾ ਕੀਤਾ ਵੀ ਉਹ ਕੰਮ ਇਹਨੇ ਦੱਸ ਦਿੱਤੇ ਇਹ ਵੀ ਕਦੇ ਕਦੇ ਜਾਂਦਾ ਰਹਿੰਦਾ ਨੇ ਚੀਜ਼ਾਂ ਨਾ ਦੱਸੇ ਤੇ ਸਾਡੇ ਕੋਲ ਲਿਸਟ ਪਈ ਹੈ ਜੇਲ੍ਹ ਚ ਜੇ ਪੰਚਾਇਤ ਨਾ ਦੱਸੇ ਫਿਰ ਮੈਂ ਹੀ ਪੜ੍ਹ ਦੇਣਾ ਇਹਨੇ ਪਹਿਲਾਂ ਦੱਸਦੇ ਤੇ ਵੀ ਉਹ ਸ਼ਮਸ਼ਾਨ ਘਾਟ ਵਾਲਾ ਰਸਤਾ ਬਣਿਆ ਗਲੀਆਂ ਬਣੀਆਂ ਨੇ ਤੇ ਇਹ ਕੰਮ ਹੋਏ ਨੇ ਫਿਰ ਹੋਰ ਵੀ ਹੋਣਗੇ ਇਹਦਾ ਬਤਾ ਇਹਨੇ ਆਪ ਵੀ ਗੱਲ ਕਰਤੀ ਮੈਂ ਹਲਕਾ ਆ ਤੇ ਗ੍ਰਾਂਟਾਂ ਵੀ ਆਬਾਦੀ ਦੇ ਲਿਆ ਜਾਂਦਾ ਕਿ ਤੁਹਾਡੇ ਲੱਖ ਦੋ ਲੱਖ ਰੁਪਇਆ ਜਾਂਦੇ ਕਿੰਨੇ ਆਏ 3 ਲੱਖ ਰੁਪਇਆ ਤੁਹਾਡੇ ਲਿਹਾਜ਼ ਕਰਕੇ ਦੇਤਾ ਵੀ ਦੇ ਦਿੰਦਾ ਜਿਹੜੇ ਜਿੰਨੀਆਂ ਕਿ ਤੁਹਾਡੀਆਂ ਵੋਟਾਂ ਪੁੱਛੇ 3 ਲੱਖ ਨਹੀਂ ਦਿੱਤਾ ਮੈਂ 1 ਲੱਖ ਦਿੱਤਾ ਸੀ ਮੈਂ ਪਹਿਲਾਂ ਸ਼ੋ ਗਿਆ ਮੈਂ ਫਿਰ ਨਾਮਾ ਬੜਾ ਦਿੰਦੇ ਸਰਬਸੰਮਤੀ ਤੋਂ ਮੈਂ ਹੀ ਕਰਾ ਦਿੰਦਾ ਤੁਹਾਡੇ ਕਿ ਤੁਹਾਡਾ ਕਿਹੜਾ ਜ਼ੋਰ ਲੱਗਦਾ ਤੁਸੀਂ ਵੀ ਕਰਾਈ ਯਾਰ ਕਹੋ ਫਿਰ ਇਸ ਕਰਕੇ ਬੜੇ ਕੰਮ ਕਰਾਏ ਨੇ ਗਾਹ ਵੀ ਕਰਾਵਾਂਗੇ ਤੁਹਾਡਾ ਭਗਵਾਨ ਦਾ ਤੇ ਭੱਠੀਆਂ ਦਾ ਤੇ ਮਾੜੇ ਦਾ ਇਕੱਠਾ ਬੋਲ ਰਿਹਾ ਫਿਰ ਕਿੰਨੇ ਮੋਟਾ ਪਾਓ ਤੁਸੀਂ ਜਿਹਦੇ ਕੋਲ ਮਾੜੇ ਮੋਟੇ ਕੰਮ ਰਹਿ ਗਏ ਨੇ ਉਹ ਹੋਣਗੇ ਦੇਖੋ 113 ਪਿੰਡ ਦੇ ਹਲਕੇ ਵਿੱਚ ਗੁਰਦਾਸਪੁਰ ਸਾਰਾ ਸ਼ਹਿਰ ਸਾਡੇ ਹਲਕੇ ਚ ਹੁਣ ਖੰਨਾ ਸਾਹਿਬ ਬਣ ਗਏ ਇੱਕ MP ਕੋਲ 5 ਕਰੋੜ ਰੁਪਇਆ ਆਉਂਦਾ ਸਾਲ ਦਾ 25 ਕਰੋੜ ਰੁਪਇਆ ਪਤਾ ਬਜਟ ਮਿਲਿਆ ਉਸ 25 ਕਰੋੜ ਵਿੱਚੋਂ ਸਾਡੇ ਗੁਰਦਾਸਪੁਰ ਦਾ CSC ਕਿਤੇ ਨੇ 5000 ਰੁਪਇਆ ਦਿੱਤਾ ਹੁਣ ਜੋ ਖੰਨਾ ਸਾਹਿਬ ਬਣ ਗਏ ਫਿਰ ਸਾਡੇ ਹਿੱਸੇ ਉਹਦੇ ਪੈਸੇ ਉਹ ਮਿਲਿਆ ਕਰਨਗੇ ਪਿੱਛੇ ਆਪਾਂ 5 ਸਾਲ ਪਿੱਛੇ ਪੈ ਗਏ ਇਹ ਵੀ ਗੱਲ ਖੰਨਾ ਸਾਹਿਬ ਨੂੰ ਮੈਂ ਮਨਾਇਆ ਇੱਕ ਦਿਨ ਮੀਟਿੰਗਾਂ ਦੇ ਵਿੱਚ ਗੁਰਦਾਸਪੁਰ ਮੈਂ ਲੋਕਾਂ ਚ ਕਹਿ ਕੇ ਜਾਊ ਵੀ ਜਿਹੜੇ ਹਲਕੇ ਚ ਵੱਧ ਲੀਡ ਆਏਗੀ ਉੱਥੇ ਵੱਧ ਪੈਸੇ ਦੇਣੇ ਹੋਣਗੇ ਇਹ ਵੀ ਜਿਉਂ ਤੁਸੀਂ ਧਾਰ ਵੱਲੋਂ ਤੁਰਪੋ ਵਟਾਏ ਤਾਂ ਕਿਤੇ ਹਲਕੇ ਕਿਤੇ 2000 ਵੱਧ ਕਿਤੇ 5 ਸਾਰਿਆਂ ਨੂੰ ਉੱਥੇ ਲਈ ਜਾਓ ਗ੍ਰਾਂਟ ਜਿਹਦੀ ਵੱਧ ਲੀਡ ਆ ਵੱਧ ਪੈਸੇ ਦਿਓ ਜਿਹਦੀ ਘੱਟ ਆ ਉਹਨਾਂ ਕੋਲ ਪੈਸੇ ਜਾਵਾਂਗੇ ਹੁਣ ਮੇਰੇ ਤੇ ਆਉਂਦੇ ਨੇ ਇੱਕ ਹੌਲੀ ਹੌਲੀ ਗਵਰਨਮੈਂਟ ਆ ਗਿਆ ਕੱਲ ਉਹਨਾਂ ਦੇ ਦਫ਼ਤਰ ਦਾ ਸਪਰਸ਼ ਪੈਣਾ ਉਹਨਾਂ ਦਾ ਫਰਸ਼ ਰਹਿ ਗਿਆ ਇੰਚਾਰਜ ਦੀ ਰਹਿਨਮਾਈ ਹੇਠ ਸ੍ਰੀ ਗੁਰਬਚਨ ਸਿੰਘ ਬੱਬੇਵਾਲੀ MLA ਗੁਰਦਾਸਪੁਰ ਦੀ ਚੋਣ ਜਲਸੇ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ ਸਤਿਕਾਰਯੋਗ ਸਾਰੇ ਬੈਠੇ ਮਿਲ ਵੀਓ ਸਤਿਕਾਰਯੋਗ ਬੀਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵੋਟਾਂ ਵਿੱਚ ਆਉਣ ਦਾ ਪਿੰਡ ਹਰ ਇੱਕ ਭਾਵੇਂ ਛੋਟਾ ਪਿੰਡ ਆ ਭਾਵੇਂ ਵੱਡਾ ਪਿੰਡ ਆ ਮਤਲਬ ਇਹ ਹੁੰਦਾ ਹੈ ਇੱਕ ਤੇ ਕੋਈ ਨਾ ਕੋਈ ਮੁਸ਼ਕਿਲ ਕੋਈ ਨਾ ਕੋਈ ਪ੍ਰੋਬਲਮ ਦਾ ਲੋਕਾਂ ਦਾ ਪਤਾ ਲੱਗਦਾ ਸਾਨੂੰ ਦੱਸ ਰਹੇ ਕਿਸੇ ਦਾ ਸਗਨ ਸਕੀਮ ਨਹੀਂ ਮਿਲੀ ਪਿੱਛੇ ਉਹ ਦਵਾ ਦਿਆਂਗੇ ਰਾਸ਼ਨ ਦੀ ਗੱਲ ਹੋਈ ਹੈ ਕਹਿੰਦੇ ਮੈਂ ਦੇ ਰਿਹਾ ਸਰਪੰਚ ਸਾਹਿਬ ਜੋ ਚੰਗੀ ਗੱਲ ਹੈ ਸਾਰਿਆਂ ਨੂੰ ਸਸਤਾ ਅਨਾਜ ਮਿਲ ਰਿਹਾ ਜੇ ਕੋਈ ਨੀਲੇ ਕਾਰਡ ਕਿਸੇ ਦੇ ਗੁੰਮ ਹੋਏ ਨੇ ਜਾਂ ਸਰਪੰਚ ਸਾਹਿਬ ਦੇ ਕੋਲ ਨੇ ਉਹ ਵੀ ਮਿਲ ਜਾਣਗੇ ਕੋਈ ਗੱਲ ਨਹੀਂ ਅਨਾਜ ਸਸਤਾ ਮਿਲ ਰਿਹਾ ਹੁਣ 1 ਰੁਪਏ ਕਿਲੋ ਅਸੀਂ ਕਣਕ ਕਰ ਦਿੱਤੀ ਹੈ 1 ਰੁਪਏ ਕਿਲੋ ਵੰਡ ਦਿੱਤੀ ਤੁਸੀਂ ਨਵੀਂ ਸਕੀਮ ਮੈਂ ਬੇਨਤੀ ਕਰਨੀ ਆਇਆ ਕਿ ਜੋ 30 ਤਰੀਕ ਨੂੰ ਵੋਟਾਂ ਪੈਣੀਆਂ ਨੇ ਉਹ ਤੁਸੀਂ ਫੁੱਲ ਨਿਸ਼ਾਨ ਦਾ ਬਟਨ ਦਬਾ ਕੇ ਖੰਨਾ ਸਾਹਿਬ ਨੂੰ ਤੁਸੀਂ ਕਾਮਯਾਬ ਕਰੋ ਮੈਂ ਤੁਹਾਨੂੰ ਬੇਨਤੀ ਕਰਨੀ ਆਇਆ ਦੇਖੋ ਸਸਤਾ ਅਨਾਜ ਦੇਣਾ ਬੜੀ ਵੱਡੀ ਗੱਲ ਹੈ ਇਹ ਐਵੇਂ ਗੱਲ ਲੁਕਾਉਣੀ ਨਹੀਂ ਚਾਹੀਦੀ ਤੁਹਾਡੇ ਪਿੰਡ ਚ ਬਹੁਤ ਵੱਡੀ ਗਿਣਤੀ ਚ ਕਾਂਗਰਸ ਨੂੰ ਹਮੇਸ਼ਾ ਵੋਟਾਂ ਪੈਂਦੀਆਂ ਰਹੀਆਂ
कि एक 60 साल हिंदुस्तान पे कांग्रेस ने राज किया है, जिहड़ियां असीं स्कीमां चालू कीतियां, चलो अखबारां शुरू करी बंदे घट पढ़ते हैं, आपां अखबारां दी गल छड्ड दिंदे हां, इत्थे शायद कांग्रेस ही कोई नहीं आएगा, पर जे आ जाए तो मैनू भी सद लियो, उदों भी ये दस दे जिहड़ी बुढ़ापा पेंशन है वह बादल साहब ने लाई है कि जां कांग्रेस दे कई लीडर ने लाई है, तो फिर कांग्रेस नूं वोटां लोकी पाड़न। सगन स्कीम जिहड़ी है वह बादल साहब ने चालू की जां कांग्रेस ने की, तां वी कांग्रेस ही दस दिन, सस्ता अनाज 4 रुपए किलो आटा 20 रुपए किलो दाल, ये भी बादल साहब ने चालू की जां ये प्रताप बाजवे ने की, जे 4 ही आखिया महंगी होगी फिर 1 रुपए किलो कणक होण दे अंडे है वह भी अही चालू की, तो बड़ा अफसोसा कि फिर भी जो लोग माड़ा मोटा पंजे वाले वेख, तो किरत कण जरा देखो बड़ा हों वो फिर परमात्मा भी नाराज हों, तो ठीक है तेरे को निके मोटे किले हो गए वो आप जी कटो, पंचायत दोणा हुई लोगों ने माड़ी मोटी गल हुई छड़ के समुचे पिंड साडा साथ दें, मैनू कोई इस गल की कसम करा दे कि जे कि पिंड च मेरा कोई दखल हो इतने सरपंच किसी बन देना कि नहीं बन देना, देखो गल एवें कही जाना इतने बूथ नहीं लगेगा तो बूथ नहीं लगेगा, तो जे कोई अंदर खाते बटन दब गया तो फिर किसी गोली मार देंगे, बटन तो सुलता अंदर आ उसे दब दूगा अंदर खाते गुस्से का भरिया, जे सरपंच की गलती है तो मेरे सिर पर पैनी है, जे साडे के रिश्तेदार की गलती है तो भी मेरे से ही पैनी है, जे कि अफसर की गलती है तो भी मेरे से ही पैनी है, तो मैं नाल नाल ही पिंडां दे जाके जिहड़ी जिहड़ी कोई किसे गुस्सा किया कोई प्रॉब्लम आ वह मैं नाल नाल सरपंच हल करी जाना, इहदा गुस्सा ना करो तुसीं, जे मेरे चो गल बनना ही मैं अच्छा मेरे रिश्तेदार ने वाले मैं उतो आया, मैं इन्ना ही कहता हुआ बहुत नाम कहता हुआ क्योंकि इन्होंने अध्ययन बड़े व्डे ने सू तो इतों वास्त ही है, इन्होंने अगे भी जाना बड़े पिंड ने इस रात में पता नहीं सौंदे भी कि बड़ी इन्होंने हिम्मत है, तो सारे रल मिल के हिस्सा पाइए तो इन्हों जित जी लीड वो वो तो वो हो ता ही सा मान बनता है। सारे बैठे बलवीरो सत्कार जो बीबी हो ऐसे बच्चे वाहेगुरु जी का खालसा वाहेगुरु जी की फतेह। जिस मकसद वास्ते असि इकट्ठे हुए हैं मेरे तो पहला मेरे वडेरी दल से बीजेपी के साझे उम्मीदवार ने उन्होंने मैं बेनती कर लिया आया 30 तारीख में तुम वोटा पा के उन्होंने कामयाब करो ता जो पिंड शहर के जो साडे विकास के कमरे से ने वो निपरे चढ़ सकन, पिछे तुहाडी सारे ने मेहरबानी कि असा रल के सारे ने खन्ना साहब न अपने हल्के 8300 वोट का जिताता सी, इसे कारण वो जित नहीं सके, प्रताप सिंह बाजवे ने लोगों ने जिता के बड़ी वही गलती की, लोग पछता रहे हैं क्योंकि 5 साल में उन्हें कोई काम नहीं किया, उन्होंने 5 करोड़ रुपया एक पार्लीमेंट मैंबर को मिलना होंगे, 25 करोड़ रुपया उन्होंने 5 सालों में मिले, जे कोई कांग्रेसी आए उन्होंने एक गल पुछो उस 25 करोड़ चो कि भगवान 5000 रुपया भी लगा हुए, तो फिर ये कांग्रेसी लोग वोटा मंगने के हकदार हैं, तो मैं थोड़ा सेवा कर रहा पहला ने काम जो तुम कहे असं किए अगे भी तुम दूजिया समा दिता जोड़े काम रेंगे ने करा, जिस तरह सरपंच साहब गल कर रहे थी कि लोग कदर नहीं करते, भाई लोग कदर करते तो पहले तो दूजी हरी बन गया, जो ना कदर करते होंगे तो फिर दूजी हरी लोग बन देंगे, तो माड़ी मोटी विरोधता होंगी है साड़ी भी विरोधता हैगी है, जरा थोड़ा काम करेगा अगर निकल देगा जरा रहेगा थोड़े, तो लोग जो ने चंगे ने जो तुम काम किए मौका मिल गया, दूजी अर जो कहते दूजी पार्टी वाले वो भी दूजी पार्टी आई समझो वो भी साड़ी पार्टी है वो भी साडा ही काम करते, जो तुम कर सकता काम करने तो काम वो भी कर सकते करते,
ਇਸ ਕਰਕੇ ਸਾਰੇ ਇਕੱਠੇ ਆ ਤੁਹਾਨੂੰ ਕਿਤੇ ਬਿਠਾ ਦਿਆਂਗੇ ਮੁੜ ਕੇ ਆਵਾਂਗੇ ਜੋ ਸੱਦ ਕੇ ਇਸ ਕਰਕੇ ਬੜੇ ਕੰਮ ਕੀਤੇ ਨੇ ਬੜੀ ਅਸੀਂ ਇੱਕ ਵੱਡੀ ਮੰਗ ਸੀ ਕਿ ਪਲਾਟ ਦੇਣੇ ਨੇ 90 ਪਲਾਟ ਤੁਹਾਡੇ ਦਾ ਆਪ ਇੱਥੇ ਸੱਦਾ ਦੇ ਕੇ ਆਇਆ ਵੱਖਰੀ ਗੱਲ ਹੈ ਚਲੋ ਗਰੀਬ ਲੋਕ ਹੁੰਦੇ ਨੇ ਨਹੀਂ ਮਕਾਨ ਬਣੇ ਹੋਣਗੇ ਉੱਥੇ ਪਰ ਇਹ ਨਹੀਂ ਗੱਲ ਕਿ ਲੋਕ ਭੁੱਲ ਗਏ ਨੇ ਲੋਕਾਂ ਨੂੰ ਯਾਦ ਹੁੰਦਾ ਕਿ ਸੱਦੇ ਸਾਰਾ ਪਿੰਡ ਇਕੱਠਾ ਹੋਇਆ ਅੱਧਾ ਇੱਧਰ ਰਹਿੰਦਾ ਤਾਂ ਉੱਥੇ ਇਕੱਠਾ ਹੋਇਆ ਇਸ ਕੇ ਹੋਰ ਉਹਨਾਂ ਨੂੰ ਵੀ ਆਸ ਹੋਏਗੀ ਜਿਹੜੇ ਲੋਕ ਰਹਿ ਗਏ ਉਹਨਾਂ ਨੂੰ ਵੀ ਦਿਆਂਗੇ ਆਹ ਗਰਾਊਂਡ ਤੁਹਾਡੀ ਛੱਪੜ ਸੀ ਬੱਚਿਆਂ ਦੀ ਮੰਗ ਹੋਈ ਅਸੀਂ ਮਿੱਟੀ ਪਾ ਕੇ ਤੁਹਾਨੂੰ ਗਰਾਊਂਡ ਬਣਾਈ ਪਿੰਡੋ ਮਸ਼ੀਨ ਚਲਾਈ ਪਿੰਡੋ ਪੈਸੇ ਦਿੱਤੇ ਆਪਣੇ ਕੋਲ ਬਾਅਦ 'ਚ ਪੈਸੇ ਆਏ ਸਨ ਹੁਣ ਨੱਚ ਲੱਗਾ ਸਮਾਨ ਦਿੱਤਾ ਜਿਹੜਾ ਤੁਸੀਂ ਮੰਗਿਆ ਇਹ ਬੜੇ ਕੰਮ ਹੋਏ ਨੇ ਬਾਕੀ ਜਿਹੜੇ ਰਹਿ ਗਏ ਜੇ ਕੰਮ ਉਹ ਹੁਣ ਅਸੀਂ ਕਰਾਂਗੇ ਅਸੀਂ ਕੋਲ ਆਪਣੇ ਬੰਦਿਆਂ ਲਈ ਕੋਠੀ ਆ ਜਾਂ ਬਾਹਰੋਂ ਕੰਧ ਵਾਲੇ ਪਲਸਤਰ ਹੋਣ ਵਾਲੀ ਆ ਕਿੰਨਾ ਜ਼ੋਰ ਲੱਗਾ ਕੰਮ ਰਹਿੰਦੇ ਨੇ ਬਦਲ ਘਰਾਂ ਦੇ ਕੰਮ ਰਹਿ ਗਏ ਮੇਰੇ ਕੋਲ ਇੱਡਾ ਵੱਡਾ ਹਲਕਾ ਹੈ ਇੰਨੀ ਜਾਨ ਇੰਨੇ ਵੱਡੇ ਹਲਕੇ ਗੁਰਦਾਸਪੁਰ ਸ਼ਹਿਰ ਵਿੱਚ ਪੈਂਦਾ ਹੌਲੀ ਹੌਲੀ ਜਿੰਨੇ ਤੁਸੀਂ ਪੈਸੇ ਕਹੋਗੇ ਤੇ 2 ਲੱਖ ਦੇ ਵਿੱਚ ਖਰਚਿਆ ਜੀ ਗਿਆ ਉਹ ਕੌਣ ਜਿੱਤੇ ਆ ਤੇ ਕੱਲ੍ਹ ਮੈਂ ਬਾਈਆਂ ਗਿਆ ਤੇ ਲਾਗੇ 9 ਪਿੰਡ ਸਰਦਾਰਾਂ ਪੈਂਦਾ ਮੈਂ 3 ਲੱਖ ਦਿੱਤਾ ਉਹਨੂੰ 3 ਲੱਖ ਹੀ ਖਰਚ ਦਿੱਤਾ ਤੇ ਨਾਂ ਬੜਾ ਵੱਡਾ ਬਣਾਇਆ ਤੇ ਇਹ ਝੱਲਾ ਪਿਆ ਜਾ ਉਹ ਬੈਨ ਲੱਗ ਗਿਆ ਕੋਈ ਗੱਲ ਨੀ ਸਾਰਾ ਪਿੰਡ ਆਪਣੇ ਨਾਲ ਆ ਮੈਂ ਤੁਹਾਨੂੰ ਬੇਨਤੀ ਕਰਦੀ ਆ ਗਿਆ ਵੀ ਸਾਰੇ ਨੂੰ ਨਾਲ ਲੈ ਕੇ ਆਪਾਂ ਤਗੜੇ ਹੋ ਕੇ ਪਾਰਟੀ ਮਜ਼ਬੂਤ ਕਰਨੀ ਆ ਦੂਜੀ ਵਾਰ ਬੜੀਆਂ ਵੱਡਾ ਵੋਟਾਂ ਪਈਆਂ ਪਿੰਡੋਂ ਪਹਿਲੀ ਵਾਰੀ ਘੱਟ ਪਈਆਂ ਸਨ ਤੇ ਤੁਹਾਨੂੰ ਤਗੜੇ ਕੀਤਾ ਤੁਹਾਡੇ ਕੰਮ ਕੀਤੇ ਤੁਹਾਡੇ ਨਾਲ ਲੋਕ ਲੱਗੇ ਤੇ ਤੁਹਾਡੀ ਤੁਹਾਡਾ ਬੂਥ ਵਧਿਆ ਮੈਂ ਭੱਠੀਆਂ ਤੋਂ ਵੀ ਹੋ ਗਿਆ ਵਾੜੇ ਤੋਂ ਵੀ ਹੋ ਗਿਆ ਬੜੀਆਂ ਵੋਟਾਂ ਵਧਾਈਆਂ ਨੇ ਇਹ ਕਾਂਗਰਸ ਦੇ ਗੜ ਪਿੰਡ ਤੋਂ ਜਿੰਨਾ ਤੁਸੀਂ ਕੰਮ ਕਰ ਰਹੇ ਬਹੁਤ ਵਧੀਆ ਕੰਮ ਹੋਇਆ ਇਸ ਕੇ ਹੋਰ ਹਮਲਾ ਮਾਰ ਕੇ ਆਪਾਂ ਖਾਨਾ ਸਾਹਿਬ ਨੂੰ ਜਿਤਾਈਏ ਤਾਂ ਜਿਹੜੇ ਉਹਨਾਂ ਦੇ ਫੰਡ ਹੋਣਗੇ ਉਹ ਵੀ ਇਹਨਾਂ ਪਿੰਡਾਂ 'ਚ ਆਉਣਗੇ ਸਰਦਾਰ ਨੇ ਤਾਂ ਨਹੀਂ ਦਿੱਤੇ ਇਸੇ ਕਰਕੇ ਪਿੰਡਾਂ 'ਚ ਨਹੀਂ ਜਾ ਰਿਹਾ ਇਸੇ ਕਰਕੇ ਉਹਦੇ ਸਮਰਥਕ ਵੀ ਪਿੰਡਾਂ 'ਚ ਨਹੀਂ ਆਣ ਕੇ ਕਹਿ ਰਹੇ ਕਹਿਣਾ ਕਿੱਦਾਂ ਜਾਣਾ ਕਿੱਦਾਂ ਹੁੰਦਾ ਲੋਕਾਂ ਮੀਡੀਆ 'ਚ ਕਹਿਣਾ ਪੁੱਛਣਾ ਹੁੰਦਾ ਲੋਕ ਕਿ ਸਾਡੇ ਕੰਮ ਕਿਹੜੇ ਕਰਾਏ ਕਿਤੇ ਪਾਸਾ ਤੁਹਾਡੇ ਐਮ ਪੀ ਸਾਡੇ ਐਮ ਪੀ ਦੇ ਕੰਮ ਰੱਬ ਨੇ ਪੋਲ ਬਣਾਏ ਨੇ ਸ਼ਹਿਰ ਹਸਪਤਾਲ ਵੀ ਪੈਣੇ ਦਿੱਤੇ ਨਿਊਟਲ ਪੋਲ ਬਣਾਇਆ ਲੋਕੀ ਲੰਘਦੇ ਨਹੀਂ ਜਾਂਦੇ ਨੇ ਇਹਦੇ ਪੁਲੀ ਵੀ ਨਹੀਂ ਬਣਾ ਸਕਿਆ ਤਾਂ ਬੜਾ ਪਿੰਡ ਬਣਾ ਇਸ ਕਰਕੇ ਵਿਰੋਧ ਪੈਣਾ ਬੇਨਤੀ ਕਰਨ ਲਈ ਆਏ ਆ ਸਸਤਾ ਅਨਾਜ ਮਿਲ ਰਿਹਾ ਉਹ ਨੀਲੇ ਕਾਰਡ ਬਣਾਵਾਂਗੇ ਹੁਣ 4 ਰੁਪਏ ਦੀ ਬਜਾਏ 1 ਰੁਪਏ ਕਿਲੋ ਕਣਕ ਅਸੀਂ ਸਾਲ ਦੇ ਨਾਲ ਸਾਡੇ ਵੰਡੀ ਗਈ ਨਹੀਂ ਆਉਂਦੇ ਸਾਡਾ ਨੀਤੂ ਕਿੱਥੇ ਆ ਉਹਨੇ ਕਿਉਂ ਨੀ ਵੰਡੀ ਉਹਨੂੰ ਕਹੋ ਜਿਹੜਾ ਡਿਸਪੈਂਸਰ ਇੰਚਾਰਜ ਆ ਸਾਰੇ ਪਿੰਡਾਂ 'ਚ ਚੱਲਦੀ ਆ ਤੇ ਮੈਂ ਅਫਸਰਾਂ ਨੂੰ ਕਹਿਤਾ ਸਰਗਰਮੀਆਂ ਨੇ ਪਹਿਲਾਂ ਬੈਨ ਨੂੰ ਆਟੋ ਸਟੈਪ ਕਰਕੇ ਬਾਦਲ ਸਾਹਿਬ ਨੇ ਚਿੱਠੀ ਲਿਖੀ ਕਿ ਇਹ ਅਸੀਂ ਸਕੀਮ ਪਹਿਲਾਂ ਵੀ ਜਾਰੀ ਕੀਤੀ ਆ ਤੇ ਜੇ ਕੱਲ੍ਹ ਤੁਹਾਨੂੰ ਸ਼ਾਮ ਦੀਆਂ ਨਾ ਕਣਕ ਮਿਲੇ ਵੀ ਫੋਨ ਕਰ ਦਿਓ ਇਸ ਕਿੰਨਾ ਤੂੰ ਚਲਾ ਤੇਰੇ ਖਾਤੇ 'ਚ ਪੈਸੇ ਆਏ ਨੇ ਇਹ ਤਾਂ ਵੀ ਚਲਾਈ ਜਾਂਦਾ ਕਣਕ ਡਿੱਗੇ ਪਏ ਨੇ ਸਾਰੇ ਰਾਜੇ 'ਚ ਕਣਕ ਮਿਲ ਗਈ ਆ ਆਪਾਂ ਪੱਤੀਆਂ ਪੁੱਛ ਕੇ ਆਏ ਲੋਕਾਂ ਨੂੰ ਉਹਨਾਂ ਵੱਲ ਦਿੱਤੀ ਆ ਇੱਕ ਤੁਸੀਂ ਉਹ ਡਿਪੂ ਆਏ ਮੇਰੇ ਕੋਲ ਭੇਜੋ ਆਪਣੇ ਬੰਦਾ ਹੋਣਾ ਤੁਹਾਡਾ ਮੈਂ ਉਹਨੂੰ ਕਹਿੰਦਾ ਜਾ ਕੇ ਸੰਪਰਕ ਕਰਕੇ ਲਿਆ ਕੇ ਸਾਰੇ ਲੋਕਾਂ ਨੂੰ ਕਰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਡਾ ਬਿਲਕੁਲ ਤਿੰਨ ਗਰੀਬ ਜੇ ਬਿਲਕੁਲ ਗਰੀਬ ਜੇ ਇਹਨਾਂ ਦੀ
ਮੰਤਰੀ ਜੀ ਜਿਨ੍ਹਾਂ ਦੇ ਆਪਾਂ ਹੱਥ ਮਜ਼ਬੂਤ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਤੇ ਪ੍ਰਧਾਨ ਮੰਤਰੀ ਬਣ ਕੇ ਜਦੋਂ ਤੇ ਫਿਰ ਵੱਡੇ ਵਾਲੇ ਸਾਹਿਬ ਕੋਲ ਆਪਾਂ ਜੋ ਮਨ ਭਾਉਂਦੀਆਂ ਆਪਾਂ ਕੰਮ ਵੀ ਕਰਾਵਾਂਗੇ ਸਾਡੀਆਂ ਮੁਸ਼ਕਲਾਂ ਵੀ ਦੂਰ ਹੋਣਗੀਆਂ ਜੇ ਪ੍ਰਧਾਨ ਬੈਠੇ ਮੇਰੇ ਦਿਲ ਤੋਂ ਸਤਿਕਾਰ ਤੋਂ ਵੀਰੋ ਸਤਿਕਾਰ ਤੋਂ ਵੀਡੀਓ ਤੇ ਪਿਆਰੇ ਨੌਜਵਾਨ ਬੱਚਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਸਾਰੇ ਸੋਚੇ ਪਿੰਡ ਦੇ ਇਕੱਠੇ ਹੋ ਕੇ ਭਾਵੇਂ ਵੱਖੋ ਵੱਖ ਬੈਠੇ ਹੋ ਸਾਰੇ ਪਰ ਜੋ ਮੈਂ ਮਹਿਸੂਸ ਕਰਦਾ ਅੱਜ ਭਗਵਾਨ ਪਿੰਡ ਵਿੱਚ ਕੋਈ ਘਰ ਐਸਾ ਨਹੀਂ ਹੋਏਗਾ ਜਿਹੜਾ ਸਾਡੀਆਂ ਮੀਟਿੰਗਾਂ ਵਿੱਚ ਇੱਥੇ ਨਾਲ ਕੇ ਹਾਜ਼ਰੀ ਦਵਾਈ ਹੋਏ ਇਸ ਗੱਲ ਦਾ ਬਹੁਤ ਵੱਡਾ ਧੰਨਵਾਦ ਕਿ ਭਾਵੇਂ ਤੁਹਾਡੇ ਆਪ ਦੇ ਬੱਚਿਆਂ ਦੇ ਜੋੜਾਂ ਤੋਂ ਜਾਂ ਕਿਸੇ ਹੋਰ ਵੱਲੋਂ ਮਾੜੀ ਮੋਟੀ ਕੋਈ ਗੱਲ ਤੋਂ ਡਿਫਰੈਂਸਿਸ ਹੋਣਗੇ ਇਸ ਗੱਲ ਦਾ ਤੁਹਾਡਾ ਮੈਂ ਰਣੀ ਹੈ ਕਿ ਮੇਰੇ ਨਾਂ ਤੇ ਸਾਰਾ ਪਿੰਡ ਇਕੱਠਾ ਹੋ ਕੇ ਵੱਖੋ ਵੱਖ ਸਹੀ ਮਿਲਦੀ ਹੈ ਕਿਹਾ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਸਮੁੱਚੇ ਪਿੰਡ ਦਾ ਕੋਈ ਵੀ ਕੰਮ ਹੋਏਗਾ ਨਿਰਪੱਖ ਹੋ ਕੇ ਸਾਰੇ ਆਦਮੀਆਂ ਨਾਲ ਸਲਾਹ ਕਰਕੇ ਸਾਰੇ ਕੰਮ ਕੀਤੇ ਜਾਣਗੇ ਮੈਂ ਜਿਸ ਮਕਸਦ ਵਾਸਤੇ ਤੁਹਾਡੇ ਕੋਲ ਬੇਨਤੀ ਕਰਨ ਲਈ ਆਇਆ ਮੇਰੇ ਤੋਂ ਪਹਿਲਾਂ ਜਥੇਦਾਰ ਸਾਹਿਬ ਨੇ ਸਾਡੇ ਵੱਡੇ ਭਾਈ ਨੇ ਮੋਦੀ ਸਾਹਿਬ ਨੇ ਸਾਰੀਆਂ ਗੱਲਾਂ ਕਰ ਦਿੱਤੀਆਂ ਨੇ ਮੈਂ ਵੀ ਇਹੋ ਬੇਨਤੀ ਕਰਨੀ ਆਇਆ ਕਿ 30 ਤਰੀਕ ਨੂੰ ਜੋ ਵੋਟਾਂ ਪੈਣੀਆਂ ਜੋ ਲੋਕ ਸਭਾ ਦੇ ਹਿੰਦੁਸਤਾਨ ਵਿੱਚ ਚੋਣਾਂ ਹੋ ਰਹੀਆਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਦੇ ਸਾਂਝੇ ਉਮੀਦਵਾਰ ਮਨੋਜ ਖੰਨਾ ਜੀ ਨੂੰ ਵੋਟਾਂ ਪਾ ਕੇ ਤੁਸੀਂ ਕਾਮਯਾਬ ਕਰੋ ਤਾਂ ਜੋ ਪਿੰਡ ਦੇ ਵਿਕਾਸ ਦੇ ਕੰਮ ਜੋ ਰੁਕੇ ਨੇ ਉਹ ਨੇਪਰੇ ਚਲਾ ਜਾ ਸਕੇ ਪਿੱਛੇ ਬੜੀ ਵੱਡੀ ਗਲਤੀ ਹੋਈ ਲੋਕਾਂ ਤੋਂ ਪਰ ਤੁਹਾਡਾ ਫਿਰ ਵੀ ਧੰਨਵਾਦ ਕਰਦਾ ਕਿ ਤੁਸਾਂ ਖੰਨਾ ਸਾਹਿਬ ਨੂੰ ਸਾਡੇ ਹਲਕੇ ਵਿੱਚੋਂ 8300 ਸੀਟ ਦਵਾ ਦਿੱਤੀ ਸੀ ਭਾਵੇਂ ਕਿਹੜੀਆਂ ਕਾਰਨਾਂ ਕਰਕੇ ਖੰਨਾ ਸਾਹਿਬ ਨਹੀਂ ਜਿੱਤ ਸਕੇ ਤੇ ਪ੍ਰਤਾਪ ਸਿੰਘ ਨੂੰ ਲੋਕਾਂ ਜਿਤਾਇਆ ਅੱਜ ਤੱਕ 5 ਸਾਲ ਹੋ ਗਏ ਲੋਕ ਇਸ ਗੱਲ ਦਾ ਪਛਤਾਵਾ ਮਹਿਸੂਸ ਕਰਦੇ ਨੇ ਅੱਜ ਜੋ ਦੇਸ਼ ਵਿੱਚ ਹਵਾ ਚੱਲ ਰਹੀ ਹੈ ਸਾਡੀਆਂ ਪਾਰਟੀਆਂ ਨੇ ਅਕਾਲੀ ਦਲ ਤੇ ਬੀਜੇਪੀ ਨੇ ਪ੍ਰਧਾਨ ਮੰਤਰੀ ਬਣਾਉਣ ਲਈ ਨਰਿੰਦਰ ਮੋਦੀ ਜੀ ਨੂੰ ਕੈਂਡੀਡੇਟ ਦਿੱਤੇ ਕੀਤਾ ਅਸੀਂ ਆਸ ਕਰਦੇ ਹਾਂ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਖੰਨਾ ਸਾਹਿਬ ਜਿਤਾਈਏ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਹਿੰਦੁਸਤਾਨ ਦੀ ਸਰਕਾਰ ਉੱਤੇ ਵੀ ਕੈਬਨਿਟ ਮੰਤਰੀ ਭਾਲਦਾ ਤੇ ਪਾਣੀ ਪੀਊਗਾ ਉਹ ਕਿਤੇ ਜੱਟ ਨੇ ਯਕੀਨ ਨਹੀਂ ਕੀਤਾ ਤੇ ਰੱਸੀ ਪਾਣੀ ਛੱਡਣ ਦੇ ਵਿੱਚ ਤੇ ਪਿੱਛੇ ਜੱਟ ਨੇ ਮੂੰਹ ਮੋੜ ਕੇ ਵੇਖਿਆ ਤੁਸੀਂ ਵੋਟਾਂ ਪਾ ਕੇ ਵਾਜਪੇ ਦੀਆਂ ਪ੍ਰਤਾਪ ਸਾਹਿਬ ਵਾਜਪੇ ਦੀਆਂ 30 ਜੀ ਨੂੰ ਵੋਟਾਂ ਪਾ ਕੇ ਇਹਦੀਆਂ ਮਜ਼ਦੂਰੀਆਂ ਪਾ ਕੇ ਇਹਨੂੰ ਕਰਦੀਆਂ ਫਿਰ ਉਠਾ ਦੋ ਤੇ ਮੈਂ ਵੋਟਾਂ ਸਮਾਂ ਨਾ ਲੈਂਦਾ ਤੇ ਮੈਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਬਬੈਰ ਸਾਹਿਬ ਇੱਥੇ ਅੱਜ ਵੋਟਾਂ ਮੰਗਣ ਵਾਸਤੇ ਆਏ ਆ ਇਹ ਸਾਡੀ ਡਿਊਟੀ ਬਣਦੀ ਹੈ ਅਤੇ ਜਿਹਨਾਂ ਨੇ ਇਸ ਇਲਾਕੇ ਦਾ ਅਤੇ ਸਾਡੇ ਨਗਰ ਦਾ ਬਹੁਤ ਵੱਡਾ ਵਿਕਾਸ ਕਰਾਇਆ ਜੇ ਵੱਡੇ ਭਾਈ ਕੁਲਦੀਪ ਸਿੰਘ ਜੀ ਇੱਥੋਂ ਦੀ ਸਾਰੀ ਪੰਚਾਇਤ ਸਾਰੇ ਆਏ ਮੇਰੇ ਵੀਰੋ ਚੋਣਾਂ ਹੋ ਰਹੀਆਂ ਨੇ
ਲੋਕ ਸਭਾ ਦੀਆਂ ਸਾਡੇ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਖੰਨਾ ਸਾਹਿਬ ਅਸੀਂ 30 ਤਰੀਕ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਤਾਂ ਜੋ ਇਸ ਪਿੰਡ ਦੇ ਅਤੇ ਹੋਰ ਇਲਾਕੇ ਦੇ ਡਿਵੈਲਪਮੈਂਟ ਦੇ ਕੰਮ ਆਪਾਂ ਹੋਰ ਕਰ ਸਕੀਏ। ਇਸ ਪਿੰਡ ਦਾ ਸਾਲ ਹੈ ਥੋੜਾ ਦੂਜੇ ਪਿੰਡਾਂ ਦਾ ਵਿਕਾਸ ਘੱਟ ਹੋਇਆ ਤੇ ਪਿੱਛੇ ਦਾ ਸਰਪੰਚ ਬਣਾਇਆ ਸੀ ਉਹ ਲਾਂਭੇ ਚਲ ਗਿਆ ਤੇ ਜਿੰਦਾ ਰਹਿੰਦਾ ਬੈਠਾ ਜ਼ਿਆਦਾ ਜੇ ਅਸੀਂ ਪੰਚ ਧਿਆਨ ਨਾ ਦੇ ਫਿਰ ਸਾਡਾ ਤਾਲਮੇਲ ਨਾ ਹੋਏ ਫਿਰ ਨੈਚਰ ਦੀ ਕੰਮ ਜਿਹੜੇ ਘੱਟ ਹੁੰਦੇ ਨੇ ਤੇ ਮੁੰਡਾ ਮੈਂਬਰ ਖੋਲ ਕੇ ਗਿਆ ਤੇ ਸਾਡੇ ਜਾਂਦੇ ਆਉਂਦੇ ਰਹਿੰਦੇ ਨੇ ਮੇਰੇ ਛੋਟੇ ਭੈਣ ਸਰਪੰਚ ਬਣੇ ਆ ਇਹਨਾਂ ਨੇ ਕਾਫੀ ਲੰਮੀ ਚੌੜੀ ਡਿਸਟ੍ਰਿਕਟ ਡਿਵੈਲਪਮੈਂਟ ਦਿੱਤੀ ਹੈ ਹੁਣ ਮੇਰੇ ਤਾਂ ਥੋੜੇ ਪੈਸੇ ਤੁਹਾਨੂੰ ਆਏ ਹੋਣਗੇ ਡਿਵੈਲਪਮੈਂਟ ਦੇ ਕਿੰਨੇ ਆਏ ਨੇ 2 ਲੱਖ ਰੁਪਏ ਆਇਆ ਇਹ ਨਾਲੇ ਵੱਲੋਂ ਕਹਿੰਦੇ ਨੇ ਮੈਂ ਕਿਹਾ ਥੋੜੇ ਥੋੜੇ ਤੁਸੀਂ ਅੱਗੇ ਨੂੰ ਤੋਰੋ ਜਿੱਥੇ ਨਾਲ ਚਾਹੁੰਦੀ ਹੈ ਲੈਵਲ ਘਟਾ ਕੇ ਹੋਰ 2-4 ਮਹੀਨੇ ਨੂੰ ਹੁਣ ਗਰਾਂਟਾਂ ਸ਼ੁਰੂ ਹੋ ਗਈਆਂ ਨੇ ਅੱਗੇ ਹੋਰ ਗਰਾਂਟ ਆਏਗੀ ਵੱਧ ਪਾਵਾਂਗੇ ਸਾਡੇ ਘਰ ਗਰੀਬ ਮਜ਼ਦੂਰਾਂ ਨੇ ਘਰਾਂ ਦੀ ਗੱਲ ਹੈ ਕੋਈ ਪੈਸੇ ਆਉਣਗੇ ਨਾ ਚੋਣਾਂ ਤੋਂ ਬਾਅਦ ਕੋਈ 6 ਰੁਪਏ ਨਹੀਂ ਦਿਆਂਗੇ ਸਸਤਾ ਅਨਾਜ ਬਣ ਰਿਹਾ ਮਿਲ ਰਿਹਾ ਤੁਹਾਨੂੰ ਮੇਰੇ ਖਿਆਲ 4 ਰੁਪਏ ਕਿਲੋ ਆਟਾ ਲਗੀ ਵਿਕੇ ਹੁੰਦਾ ਹੁਣ 1 ਰੁਪਏ ਕਣਕ ਸ਼ੁਰੂ ਕੀਤੀ ਹੈ ਕੋਈ ਤੁਹਾਡੇ ਪਿੰਡਾਂ 'ਚ ਪਹੁੰਚ ਗਈ ਹੋਏਗੀ ਮਿਲੀ ਕਿ ਨਹੀਂ ਹਲੇ ਮਿਲ ਗਈ ਉਹ ਵੀ ਕਾਂਗਰਸੀਆਂ ਨੇ ਸ਼ਿਕਾਇਤ ਕੀਤੀ ਸੀ ਬਾਦਲ ਸਾਹਿਬ ਨੇ ਚਿੱਠੀ ਲਿਖੀ ਕਿ ਅਸੀਂ ਪਹਿਲਾਂ ਦੀ ਸਕੀਮ ਸ਼ੁਰੂ ਕੀਤੀ ਹੈ 3 ਮਹੀਨੇ ਪਹਿਲਾਂ ਜੇ ਕਿਸੇ ਪਿੰਡ ਵਿੱਚ ਨਾ ਪਹੁੰਚੀ ਹੋਏ ਅਫਸਰਾਂ ਤਾਲਮੇਲ ਕਰੋ ਮੈਂ ਸਾਰਿਆਂ ਨੂੰ ਕਹਿਤਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ 30 ਤਰੀਕ ਨੂੰ ਫੁੱਲ ਨਿਸ਼ਾਨ ਦਾ ਬਟਨ ਦਬਾ ਕੇ ਬਹੁਤ ਵੱਡੀ ਗਿਣਤੀ ਜੀ ਬਹੁਤ ਇਹਨਾਂ ਨੂੰ ਖੰਨਾ ਸਾਹਿਬ ਨੂੰ ਤੁਸੀਂ ਜਿਤਾਓ ਤਾਂ ਜੋ ਬਾਦਲ ਸਾਹਿਬ ਅਸੀਂ ਸਾਰੇ ਸੈਂਟਰਾਂ ਨੂੰ ਕਹਿ ਸਕੀਏ ਕਿ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਜੋ ਬਣਨਾ ਹੈ ਕਿ ਸਾਡਾ ਵੀ ਨੁਮਾਇੰਦਾ ਜਿੱਤ ਕੇ ਉੱਥੇ ਕੈਬਨਿਟ 'ਚ ਬੈਠੇਗਾ ਅਤੇ ਉਹ ਵੀ ਫੰਡ ਦੇਣਗੇ ਅਸੀਂ ਫੰਡ ਦਿਆਂਗੇ ਫਿਰ ਪਿੰਡਾਂ ਦਾ ਵਿਕਾਸ ਹੋਏਗਾ ਮੈਂ ਜਲਦੀ ਜਾਣਾ ਪੰਡੀ ਵਿੱਚ ਉਹਦੇ ਵਿਚਾਰ ਵੀ ਸੁਣਾਂਗੇ ਕੰਮ ਜਿਹੜੇ ਤੁਹਾਡੇ ਜਿਹਨੇ ਤੁਸੀਂ ਕਹੇ ਨੇ ਗੁਰਮੁਖ ਨਗਰ ਦੇ ਇਹ ਮੈਂ ਜ਼ਰੂਰ ਕਰਾਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਕਿ ਜਿੱਦਾਂ ਬਲਜਿੰਦਰ ਸਿੰਘ ਚੇਅਰਮੈਨ ਆ ਕੇ 2 ਮਿੰਟ ਧੰਨਵਾਦ ਕਰਨ ਇਸ ਸਮੁੱਚਾ ਪਰਿਵਾਰ ਜਿਹੜਾ ਇਕੱਠੇ ਹੈ ਔਰ ਇਕੱਠੇ ਰਹਿਣਾ ਰਹਿੰਦੇ ਹਾਂ ਅਤੇ ਇਕੱਠੇ ਰੋਟੀ ਵੀ ਖਾਂਦੇ ਹਾਂ।